ਪਟਿਆਲਾ ਵਿਖੇ ਸੁਖਦੇਵ ਸਿੰਘ ਸੂਖਾ ਦਾ ਇੱਕ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਰਤੀ ਇਨਕਲਾਬੀ ਮਾਰਕਸੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਲ ਰਾਮ ਪਾਸਲਾ ਨੇ ਸ਼ਹੀਦ ਸੁਖਦੇਵ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਭੋ ਮਾਫੀਆ ਗੁੰਡਾਗਰਦੀ ਧਾੜਵੀਆਂ ਨੂੰ ਨਕੇਲ ਪਾਉਣ ਲਈ ਉਸਾਰੀ ਮਜ਼ਦੂਰ ਕਿਸਾਨ ਸਥਾਪਤੀ ਲਹਿਰ ਦਾ ਸ਼ਹੀਦੀ ਮਨਾਰਾ ਕਰਾਰ ਦਿੰਦਿਆਂ ਭੋ ਮਾਫੀਆ ਗੁੰਡਾਗਰਦੀ ਧਾੜਵੀਆਂ ਨੂੰ ਨਕੇਲ ਪਾਉਣ ਲਈ ਉਸਾਰੀ ਮਜ਼ਦੂਰ ਕਿਸਾਨ ਸਥਾਪਤੀ ਲਹਿਰ ਦਾ ਸ਼ਹੀਦੀ ਮਨਾਰਾ ਕਰਾਰ ਦਿੰਦਿਆਂ ਆਖਿਆ ਕਿ ਗਰੀਬ ਅਤੇ ਮਜ਼ਦੂਰ ਲੋਕਾਂ ਨੂੰ ਅਛੂਤ ਦੇ ਬੰਧਨ ਤੋਂ ਮੁਕਤ ਹੋਣ, ਪਹਿਰਾਵਾ ਸਿੱਖਿਆ ਦਾ ਹੱਕ ਪ੍ਰਾਪਤ ਕਰਨ ਲਈ ਆਪਣਾ ਹੱਕ ਲੈਣ ਦੀ ਗੱਲ ਆਖੀ। ਸ਼ਰਧਾਂਜਲੀ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਕੁਲਦੀਪ ਧਾਲੀਵਾਲ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅਤੇ ਹੋਰ ਜਨਤਕ ਜਥੇਬੰਦੀਆਂ ਦੇ ਆਗੂ ਮੌਜੂਦ ਸਨ। ਥਾਣੇ ਦੇ ਮੂਹਰੇ ਆਏ ਸੀ, ਸੰਸਕਾਰ ਤੇ ਆਏ ਸੀ। ਹੁਣ ਵੀ ਅੱਜ ਆ ਕੇ ਜਿਹੜੀ ਘਰ ਬਚਾਓ ਕਮੇਟੀ ਆ, ਉਹਨੂੰ ਇਹ ਵਿਸ਼ਵਾਸ ਦਵਾਇਆ ਕਿ ਇਹ ਲੜਾਈ ਜਿੰਨਾ ਚਿਰ ਤੱਕ ਜਾਰੀ ਰਹੂਗੀ ਅਸੀਂ ਆਮ ਆਦਮੀ ਪਾਰਟੀ ਵੱਲੋਂ ਇਹਦਾ ਸਾਥ ਦਿਆਂਗੇ। ਮਜ਼ਦੂਰਾਂ ਦੇ ਦਲਿਤਾਂ 'ਤੇ ਜਿਹੜਾ ਹਮਲਾ ਹੋਇਆ ਉਹਦੀ ਨਿੰਦਾ ਕਰਦੇ ਹਾਂ, ਦਲਿਤਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜ੍ਹੇ ਹਾਂ।